ਲਈਏ ਜ਼ਿਲ੍ਹਾ ਹਿਜਰ ਨਗਰ ਤੇ ਤਹਿਸੀਲ ਜਫਾ ਅਤੇ ਦਾ ਖਾਨਾ ਰਸਵਾਈ ਗਲੀ ਦਿਲ ਵਾਲੀ ਮਹੱਲਾ ਬੇਦਰਦਾਂ ਮਾਸੂਮ ਨੇ ਕੁੱਲੀ ਪਾਈਏ ਇੱਥੇ ਅੱਜ ਕੱਲ ਆਸ਼ਕ ਮਿਲ ਸਕਦਾ ਬੈਠਾ ਦਰਦਾਂ ਦੀ ਮਹਿਫਲ ਲਾਈ ਮੈਂ ਇੱਕ ਯਤੀਮ ਆ ਮੇਰਾ ਦੁਨੀਆ ਤੇ ਕੋਈ ਨੀ ਮਾਂ ਪਿਓ ਮੇਰਾ ਬਚਪਨ ਚ ਮਰ ਗਿਆ ਛੋਟੇ ਛੋਟੇ ਭੈਣ ਭਰਾ ਨੇ ਕੱਲਾ ਰਹਿ ਗਿਆ ਇੱਕ ਕੁੜੀ ਦੇ ਦਿਓ ਕੁੜੀਆਂ ਵਾਲਿਓ ਖੁਦਾ ਤੁਹਾਡੀ ਜ਼ਿੰਦਗੀ ਰੱਖੇ ਅੱਲਾ ਨੇ ਦਿੱਤੀਆਂ ਜੇ ਸਾਨੂੰ ਦੇ ਦਿਓ ਆਪ ਸੁਣੋ ਇਹ ਕਿਆ ਬਦਤਮੀਜ਼ੀ ਕਰੋ ਤੁਮ ਐਵੇਂ ਪਈਆਂ ਪਈਆਂ ਪੁੱਛ ਜਾਣਗੀਆਂ ਬੇਵਕੂਫ ਆਦਮੀ ਪਈਆਂ ਪਈਆਂ ਕਿਆ ਹਮ ਕੁੜੀਆਂ ਕੋ ਕਾਰੋਬਾਰ ਕਰਦੇ ਲੱਗੋ ਕੁੜੀਆਂ ਜਵਾਨ ਹੋ ਜਾਂਦੇ ਵਿਆਹ ਦੇਈਦੀਆਂ ਨੇ ਘਰ ਰਹਿੰਦੀਆਂ ਰਹਿੰਦੀਆਂ ਖਰਾਬ ਹੋ ਜਾਂਦੀਆਂ ਚੁੱਪ ਪਹਿਲੇ ਇਹ ਬਤਾਓ ਕਿ ਤੁਮ ਹੋ ਕੌਣ ਔਰ ਕਹਾਂ ਸੇ ਆਏ ਲੈ ਕਹਾਂ ਸੇ ਆਏ ਹੋ ਸਾਰੀ ਦੁਨੀਆ ਦੇ ਨਾਲ ਹੀ ਆ ਮੇਰਾ ਕੋਈ ਵੱਖਰਾ ਗੇਟ ਕਿਆ ਮਾਰਾ ਇਕੱਲੇ ਹੋਇਆ ਬਿਲਕੁਲ ਸਾਹਮਣੇ ਹੋਇਆ ਸਾਰੀ ਦੁਨੀਆ ਨੂੰ ਪਤਾ ਵੇਖਣ ਦਾ ਨੇ ਇੱਥੋਂ ਆਇਆ ਇਹ ਤੁਸੀਂ ਆਪਣਾ ਪਿੱਛੋਂ ਦੀ ਆਇਓ ਖਾਂਦੇ ਪੀਂਦੇ ਮੰਗਦੇ ਘਰ ਦਾ ਬੱਚਾ ਤੁਹਾਡੀ ਮਿਹਰਬਾਨੀ ਹੈ ਅੱਲਾ ਨੇ ਤੁਹਾਨੂੰ ਕੁੜੀਆਂ ਦਿੱਤੀਆਂ ਨੇ ਇਹ ਤੁਹਾਡਾ ਦਫ਼ਤਰ ਕਿਹੜੇ ਕੰਮ ਦਾ ਸ਼ਾਦੀ ਕਰਵਾਤੇ ਕੁੜੀਆਂ ਦਿੱਤੀਆਂ ਗਿਆ ਤੇ ਮੈਨੂੰ ਕੁੜੀ ਕਿਉਂ ਨਹੀਂ ਦਿੰਦੇ ਕੰਜਰੋ ਅਮਿਤ ਵੈਸੇ ਤੈਨੂੰ ਪਛਾਣਿਆ ਹੋ ਵੀ ਇਹਦਾ ਨਾਂ ਕੀ ਹੈ ਅਮਿਤ ਕਲਰ ਤੇਰਾ ਨਾਲੀਆਂ ਸਾਫ਼ ਕਰਨ ਵਾਲਾ ਨਾ ਤੂੰ ਆਪਣਾ ਆਮਦ ਰੱਖਿਆ ਹੈ ਤੇਰਾ ਨਾਂ ਤੇ ਹੋਣਾ ਚਾਹੀਦਾ ਸੀ ਸ਼ੀਦਾ ਝੂੜਾ ਕਿ ਭਾਈ ਜਨ ਗੱਲ ਸੁਣੋ ਮੇਰੀ ਜਨਾਬ ਤੁਸੀਂ ਏਡੇ ਕਾਲੇ ਸ਼ਾਹ ਹਾਂਜੀ ਇਹ ਜਦੋਂ ਤੁਸੀਂ ਜੰਮਣ ਵਾਲੇ ਸੋ ਤੁਸੀਂ ਵੈਸਟ ਇੰਡੀਜ਼ ਗਏ ਹੋ ਯਕੀਨ ਘਰਾਂ ਵੀ ਰਹੀਏ ਕੀ ਹੋਇਆ ਸੀ ਟੀਮ ਹੀ ਘਰ ਆਈ ਸੀ ਦਾਵਤ ਕੀਤੀ ਸੀ ਉਹਨਾਂ ਨੂੰ ਵੈਰੀ ਗੁੱਡ ਲਿਆਓ ਕੁੜੀ ਫੜੋ ਓਏ ਬੇਵਕੂਫ ਆਦਮੀ ਤੂੰ ਹੋ ਕੌਣ ਤੇਰਾ ਨਾਮ ਕੀ ਹੈ ਪਹਿਲੇ ਜੇ ਪਤਾ ਮੇਰਾ ਨਾਮ ਹੈ ਸ਼ੂਕਾ ਜੱਟ ਚੱਕ ਨੰਬਰ 44 ਜੀ ਭਾਬੇ ਫੈਸਲਾਬਾਦ ਤੋਂ ਪਰਲੇ ਪਾਸੇ ਗੁਜਰਾਂ ਵਾਲੇ ਦੇ ਕੋਲ ਕਰਕੇ ਗੁਜਰਾਤ ਤੋਂ ਪੂਰਾ ਸਿਆਲਕੋਟ ਦੇ ਵਿਚਕਾਰ ਮੇਰਾ ਘਰ ਹੈ ਮੈਂ ਚਨਿਓੜ ਦਾ ਸਿੰਗਰ ਸਿੰਗਰ ਮੈਂ ਗਾਉਣਾ ਵਜਾਉਣਾ ਅੱਛਾ ਬਾਤ ਸੁਣੋ ਇਹ ਕਿ ਯਹਾਂ ਹੋਤੀ ਹੈ ਸ਼ਾਦੀਆਂ ਆਪ ਆਪਣੇ ਕਵਾਇਬ ਲਿਖਾਈਏ ਹਮ ਆਪਕੋ ਆਪਕੀ ਡਿਮਾਂਡ ਕੇ ਮੁਤਾਬਿਕ ਲੜਕੀ ਮਿਲਾਏਂਗੇ ਔਰ ਉਸਸੇ ਪਹਿਲੇ ਆਪ ਦੀਜੀਏ 1000 ਰੁਪਏ ਫੀਸ ਜਮਾ ਹਜ਼ਾਰ ਰੁਪਈਆ ਯਾ ਤੁਸੀਂ ਕੁੜੀ ਦਿਓ ਅਸੀਂ ਕਮਾ ਕੇ ਦੇ ਦਿਆਂਗੇ ਨਿਕਲੋ 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 ਯਾਰ ਕੋਈ ਕੰਮ ਨਹੀਂ ਦੱਸਦਾ ਨਿਕਲੋ ਨਿਕਲੋ ਸਾਡਾ ਇਹੋ ਹੀ ਕੰਮ ਹੈ ਚਲੋ ਭਾਵੇਂ ਆ ਕੁੜੀ ਕਿਉਂ ਇਹ ਮਰਦਮ ਹੈ ਜਾਂ ਸੈਕਟਰੀ ਹੈ ਤੁਹਾਡਾ ਨਾਂ ਕੀ ਹੈ ਮਾਰੀਆ ਬਗਾਰ ਜਾਇਓ ਤੂੰ ਅੱਛਾ ਨਾਂ ਹੈ ਤੁਹਾਡਾ ਮੈਂ ਦਿਲ ਦਾ ਮਰੀਜ਼ ਆ ਮੇਰਾ ਕਦੀ ਦਿਲ ਕਹਿੰਦਾ ਐ ਕਰ ਕਦੀ ਦਿਲ ਕਹਿੰਦਾ ਆਹ ਕਰ ਕਦੀ ਦਿਲ ਕਹਿੰਦਾ ਨਾ ਕਰ ਕਦੀ ਦਿਲ ਕਹਿੰਦਾ ਕਰੀ ਜਾ ਹੁਣ ਦੱਸੋ ਮੈਂ ਕੀ ਕਰਵਾਉਣਾ ਜੇ ਫਿਲਹਾਲ ਤੂੰ ਕੁਝ ਨਾ ਕਰ ਧੰਨ ਫੜਦਾ ਤਾਵਾ ਕਰ ਵਾਪਸੀ ਤੇ ਆ ਕੇ ਦੂਜੇ ਫੇਰੇ ਤੇ ਮੈਂ ਲੈ ਕੇ ਆਉਣਾ ਮੈਂ ਪਿੰਡ ਵਾਲਾ ਕਰਕੇ ਆਇਆ ਮੈਂ ਰਿਸ਼ਤਾ ਲੈ ਕੇ ਆਵਾਂਗਾ
میں تھوڑے کو رشتہ لے کے جانا کنجرو.